ਤਾਂ ਕਿਸਾਨ ਵੀਰੋ, ਤੁਹਾਡਾ ਆਪਣੇ ਯੂਟਿਊਬ ਚੈਨਲ 'ਤੇ ਡੇਅਰੀ ਫਾਰਮ ਬਰਨਾਲਾ ਦੇ ਵਿੱਚ, ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ 'ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ, ਉਹਨਾਂ ਨੂੰ ਰਿਕੁਐਸਟ ਹੈਗੀ ਆਪਣੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਸੋ ਕਿਸੇ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8827-19817। ਸਤਿ ਸ਼੍ਰੀ ਅਕਾਲ ਬਾਈ, ਮੇਰਾ ਨਾਮ ਐਡਰੈਸ ਦੱਸਿਓ ਆਪਣਾ। ਮੋਬਾਈਲ ਨੰਬਰ ਜੀ ਆਪਣਾ? 8790-9728। ਪਹਿਲਾ ਨੰਬਰ ਜਿਹੜੀ ਬੈਠ ਦੇਖਦੇ ਕਿਹੜਾ ਸੂਰਸ ਹੁੰਦੀ ਆ? ਠੀਕ ਹੈ, LDF ਵਾਲਾ ਹੰਟਰ। ਠੀਕ ਹੈ, ਕਿੰਨਾ ਟਾਈਮ ਬਾਕੀ ਆ? 18-20 ਦਿਨ ਬਾਕੀ ਆ। ਮਤਲਬ ਹੈਗੀ ਮਹੀਨੇ ਤੋਂ ਅੰਦਰ ਅੰਦਰ ਹੀ ਆ? ਹਾਂ, ਅੰਦਰ ਅੰਦਰ ਹੀ। ਠੀਕ ਹੈ, ਇਹਦਾ ਲੌਂਗ ਨਹੀਂ ਲੱਗੀ ਆ ਮਾੜਾ ਮਾੜਾ। ਕੀ ਰਿਕਾਰਡ ਦੱਸਿਆ ਪਿਛਲੀ ਵਾਰ ਦਾ? ਰਿਕਾਰਡ ਲੈ ਝੂਠ ਜਿਹੜੀ ਮਾਰਨਾ 35 ਲੀਟਰ ਚ ਹੋਇਆ। 35 ਤੋਂ ਪਾਰ ਸੀਗੀ ਮੰਨ ਕੇ 40, ਉਹ ਤਾਂ ਕਹਿੰਦੇ 40 ਤੋਂ ਪਲੱਸ ਤੋਂ ਜਿਹੜੇ ਹਿਸਾਬ ਨਾਲ ਸਾਂਭੀ ਆ ਤੁਸੀਂ 40 ਮੰਨ ਕੇ ਰਹਿ ਜੀ। ਆਪਾਂ ਮੰਨ ਕੇ ਜਿਲੇ ਪੂਰੇ ਗਰਮੀ ਦੇ ਹਿਸਾਬ ਨਾਲ 35 ਤੋਂ 40 ਦੇ ਵਿੱਚ 40 ਹੈਗੀ ਆ। ਮੌਜ ਨਾ ਮੌਜ। ਰੇਟ ਇਹਦਾ ਕੀ ਹੋਊਗਾ? ਰੇਟ ਇਹਦਾ ਫੋਨ ਤੇ ਦਾ ਤੋਰੀ ਬਾਹਰ ਨੂੰ, ਬਾਕੀ ਬੈੱਡ ਦੇਖ ਲੈ ਇੰਨਾ। ਸੋ ਫਿਰ ਪਹਿਲਾ ਨੰਬਰ ਜਿਹੜੇ ਬੈੱਡ ਦਿਖਾਏ ਜਾਂਦੇ ਆ, ਦੂਜਾ ਸੂਰਸ ਹੁੰਦੀ ਆ ਅਤੇ ਬਾਕੀ ਮਿਲਕ ਮੇਨ ਵਗੈਰਾ ਦੇਖੋ ਸਾਫ਼ ਸੁਥਰੀ। LDF ਦੇ ਹੰਟਰ ਦਾ ਸੀਮਨ ਲੱਗਿਆ ਵਾ, ਹੰਟਰ ਦੀ ਮਾਂ ਨੇ ਆਪਾਂ ਨੂੰ ਪਤਾ ਹੈ ਵੀ 80-82 ਕਿਲੋ ਰਿਕਾਰਡ ਕੱਢਿਆ ਵਾ 75 ਤੋਂ ਬਾਰ ਬਾਰ, ਚੰਗੇ ਦੁੱਧ ਵਾਲੀ ਦਾ ਬੱਚਾ ਉਹ। ਸੋ ਦੇਖੋ ਕੱਦ ਕਾਠ, ਬੋਡੀ ਸਟਰਕਚਰ ਵਗੈਰਾ ਬਹੁਤ ਚੰਗਾ ਹੈਗਾ, ਜਿੰਦ ਜਾਣਾ ਲੇਫਟੀ ਲੂਫਟੀ ਚੰਗੀ ਆ ਅਤੇ ਬਾਕੀ ਫੇਸ ਕੁਆਲਿਟੀ ਵਗੈਰਾ ਦੇਖੋ ਜਿਵੇਂ ਕਿਆ ਵਾ ਤਾਂ ਫੁੱਲ ਸਾਈਜ਼ ਦੇ ਵਿੱਚ ਆ। ਦੂਜਾ ਸੂਆ ਸੁਣਦੀ ਆ ਕੱਚੀ ਆ, ਹਜੇ 15-20 ਦਿਨ ਦੀ, ਇੱਕ ਅੱਧਾ ਦਿਨ ਉੱਪਰ ਥੱਲੇ ਵੀ ਲੈ ਸਕਦੀ ਹੈ। ਪਲਾਜਾ ਪਲੂਜਾ ਦੇਖੋ ਵਿੱਚ ਦੇ ਵਿੱਚ ਬਹੁਤ ਚੰਗੀ ਹੈ ਅਤੇ ਨਾਲਾ ਨੂੜਾ ਦੇਖੋ ਚਾਰੇ ਥਾਂ ਨਿਕਲਣੇ ਸਾਫ਼ ਸੁਥਰੇ। ਠੀਕ ਹੈ, ਹੰਟਰ ਦਾ ਸੈਕਸਟ ਆਉਂਦਾ? ਠੀਕ ਹੈ, ਅਤੇ ਅੱਗੇ ਦੂਜੇ ਨੰਬਰ ਆਪਾਂ ਜਿਹੜੀ ਦੇਖੀ ਜਾਂਦੇ ਆਪ ਬਰੂਟ ਦੀ ਆ? ਆਪ ਬਰੂਟ ਦੀ ਆ, ਇਹਦੇ ਹੰਟਰ ਲੱਗਿਆ ਪਰ ਇਹ ਦੂਜਾ ਲੱਗਿਆ ਸਭ ਬਿਨਾ ਸੈਕਸਟ ਤੋਂ। ਹਾਂ, ਬਿਨਾ ਸੈਕਸਟ ਤੋਂ ਲੱਗਿਆ, ਮੈਂ ਸੈਕਸਟ ਕਹਿ ਕੇ ਦੇਣ ਦਾ ਕੀ ਫਾਇਦਾ? ਠੀਕ ਹੈ, ਇਹ ਕੈਨਲ ਲੈਂਦੀ ਆ? ਇਹਦੇ ਵੀ ਸੁਣਦੇ ਬਾਈ ਢਿੱਲੋਂ 17-18 ਦਾ ਨਹੀਂ ਪਿਆ। ਕੀ ਰਿਕਾਰਡ ਇਹਦਾ ਪਿਛਲੀ ਵਾਰ ਦਾ? ਇਹਨੇ ਦੁੱਧ ਦਿੱਤਾ ਮੰਨ ਕੇ ਚੱਲ ਪਲੂਨ ਨੇ 28-29 ਕਿਲੋ। ਠੀਕ ਹੈ, ਦਿਨ 18-20 ਲੈਂਦੀ ਆ ਵੀ? ਹਾਂ, 18-20 ਦਿਨ ਇਹਦੇ ਪਏ। ਦੂਜਾ ਸੋ ਸੁਣਦੀ ਆ। ਸੋ ਕੱਦ ਕਾਠ ਵਗੈਰਾ ਦੇਖੋ ਜਿੰਦ ਜਾਣ ਚੰਗੀ ਆ, ਥਣ ਚਾਰੇ ਨਿਕਲਵੇਂ ਆ, ਸਾਫ਼ ਸੁਥਰੀ ਰਾਜੀ ਪਲੀ ਵੀ, ਅਤੇ ਦਿਨ 18-20 ਦਿਨ ਬਾਕੀ ਹੈ ਨਾ, ਅਤੇ ਚੰਗਾ ਸੀਮਨ ਲੱਗਿਆ ਵਾ। ਬਾਕੀ ਫੇਸ ਕੁਆਲਿਟੀ ਵਗੈਰਾ ਦੇਖ ਸਕਦੇ ਹੋ ਅਤੇ ਨਾੜਾ ਨੂੜਾ ਚੰਗੀਆਂ, ਅਤੇ ਚੀਪਾ ਹਾਲ ਤਾਂ ਗੂੰਦ ਹੀ ਮਾਰਦੇ ਨੇ ਜਮਾਂ। ਠੀਕ ਹੈ, ਸੋ ਕੱਦ ਕਾਠ ਇਹਦੇ ਵੀ ਚੰਗਾ, ਦੋ ਨੰਬਰ ਵਾਲੀ ਦਾ ਰਾਜੀ ਪਲੀ ਪੁਲੀ ਬਹੁਤ ਜ਼ਿਆਦਾ ਆ, ਦਿਨ ਕੁਝ ਕਸੂਰ 'ਚ ਬਾਕੀ ਪਏ ਇਹਦੇ। ਅਤੇ ਜਿਹੜੇ ਤੀਜੇ ਨੰਬਰ ਆਪਾਂ ਕਾਲੀ ਵੈੜ ਦੇਖੀ ਜਾਂਦੇ ਜੀ, ਇਹਨੂੰ ਗੱਬਣ ਨਿਕਲ ਵੀ ਸਕਦੀ ਹੈ? ਠੀਕ ਹੈ, ਇਹਨੂੰ ਕਿੰਨਾ ਟਾਈਮ ਹੋਇਆ? 6 ਮਹੀਨੇ? 6-7 ਮਹੀਨੇ ਹੋ ਗਏ ਸੂਈ ਨੂੰ। 6-7 ਦੇ 8 ਦੇ ਵਿੱਚ ਦੁੱਧ ਹੈਗਾ। ਦੁੱਧ 8 ਕਿਲੋ ਆ? 8 ਕਿਲੋ। ਭਾਅ ਇਹਦਾ ਕੀ ਆ? ਭਾਅ ਇਹਦਾ ਲੈਣ ਦੇਣ 17,000 ਮਾਨਦਾਨ ਹੋ ਜੂਗਾ ਤੋਰੀ ਬਾਰ ਨੂੰ। ਸੋ ਵੀਰੋ ਮੁੱਲ ਇਹਦਾ ਹੈਗਾ 17,000 ਰੁਪਇਆ, ਅਤੇ ਬਾਕੀ ਫੇਸ ਕੁਆਲਿਟੀ ਦੇਖੋ ਜਿੰਦ ਜਾਣ ਬਹੁਤ ਆ, ਵੈੜ ਪਲੀ ਪੁਲੀ ਵੀ ਵਧੀਆ ਹੈਗੀ ਅਤੇ ਕੱਦ ਕਾਠ ਬਹੁਤ ਜ਼ਿਆਦਾ ਆ, ਅਤੇ ਲਗਭਗ ਮੰਨ ਕੇ ਜਿੰਨੇ ਵੀ 3 ਕਿਲੋ ਡੰਗ ਦਾ ਉਹ ਨਿਬੜ ਜੂ ਜਾਵਾਂ। ਠੀਕ ਹੈ, ਸੋ 17,000 ਰੁਪਏ ਹੈਗੇ ਕੀ ਜਮਾਂ ਇਹਦੀ। ਸੋ ਦੇਖੋ ਰਾਜੀ ਰੂਜੀ ਬਹੁਤ ਆ, ਪਲੀ ਪੁਲੀ ਵੀ ਵਧੀਆ ਹੈਗੀ, ਲੇਵਾ ਲੂਬਾ ਚੰਗਾ, ਅਤੇ ਚੋਣ ਚਵਾ ਚਾਰੇ ਥਣਾਂ ਦਾ ਓਕੇ ਹੈ ਜਮਾਂ। ਠੀਕ ਹੈ, ਬਹਿਣੀ ਵਾਲੇ ਮਗਰ ਲੈ ਚੁੱਕਾ, ਬਹਿਣੀ ਵਾਲੇ ਚੋ ਕਬਹਿਣੀ ਵਾਲੇ ਚੋ ਠੀਕ ਹੈ। ਇਹ ਤੇਲਾ ਜਮਾ ਹੈ ਕਿਹੜੇ ਥਾਂ ਤੋਂ? ਤੇਲਾ ਬਹਿਣੀ ਵਾਲੇ ਤੋਂ। ਇਹ ਥੱਲੇ ਦੁੱਧ ਕਿੰਨਾ ਹੁਣ? ਦੁੱਧ ਦੇ ਥੱਲੇ 9 ਕਿਲੋ ਤਿਆਰ। ਠੀਕ ਹੈ, ਇਹ ਕੈਕ ਟਾਈਮ ਦੀ ਸੂਈ ਵੀ ਹੈ? ਠੀਕ ਹੈ, ਦੋਨੇ ਲੱਗੇ ਵੇ? ਹਾਂ ਠੀਕ ਹੈ, ਦੋਨਾਂ ਦੇ ਲੱਗੇ। ਸੋ ਕੱਦ ਕਾਠ ਵਗੈਰਾ ਦੇਖੋ ਤੇ ਬਾਕੀ ਨਾੜਾ ਨੂੜਾ ਬਹੁਤ ਚੰਗੇ, ਦੋ ਚੰਗਾ ਪੈ ਉਤਾ ਜੀ ਨੇ ਹਨਾ।
ਠੀਕ ਹੈ। ਸੋ ਦੇਖੋ ਜਾਂਦੇ ਜਾਣ ਬਹੁਤ ਆ ਅਤੇ ਬਾਕੀ ਫੇਸ ਕੁਆਲਿਟੀ ਵਗੈਰਾ ਦੇਖੋ। ਸੋ ਦੁੱਧ 7-8 ਕਿਲੋ ਨਿਬੜ ਜੂ ਜਾਵਾਂ, ਹੈ ਨਾ। ਸੋ ਠੀਕ ਹੈ, ਸੋ ਕੱਦ ਕਾੜ ਬਹੁਤ ਆ। ਸੋ ਆਪਾਂ 4 ਵੜਾ ਦਿਖਾ ਦਿਓ, 2 ਗੱਭਣਾ ਤਾਜ਼ੀਆਂ ਸੂਣ ਵਾਲੀਆਂ ਅਤੇ 2 ਸੂਈਆਂ ਸਵਾਈਆਂ, ਤੋਕਣਾ ਭਲਾੜ ਜਿਹਨਾਂ ਨੂੰ ਕਹਿ ਦਿੰਦੇ ਆ। ਸੀਮਨ ਲੱਗੇ ਹੋਏ ਗਾਹਾਂ ਆਪਣੀ ਕਿਸਮਤ ਦੇ ਪਿੰਡ ਆ ਅਤੇ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ। ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ। ਜਲਦ ਮਿਲਦੇ ਹਾਂ।